ਅਸਲਾਮ ਵਾਲੇਕਮ ਮੈਂ ਹਾਕਮ ਅਜੀਦ ਤੇ ਤੁਸੀਂ ਦੇਖ ਰਹੇ ਮੇਰਾ YouTube ਚੈਨਲ ਆਕਿਫ 5 ਅਫੀਸ਼ੀਅਲ ਵੀਰ ਅੱਜ ਮੇਰੇ ਨਾਲ ਮੌਜੂਦ ਨੇ ਜਨਾਬ ਚਾਚਾ ਮੁਬਾਰਕ ਅਲੀ ਬੁਟਾ ਸਾਹਿਬ ਇਹਨਾਂ ਦੀ ਤੁਸੀਂ ਦੋ ਚਾਰ ਵੀਡੀਓ ਮੇਰੇ YouTube ਚੈਨਲ ਤੇ ਪਹਿਲੇ ਦੇਖ ਚੁੱਕੇ ਹੋ ਜਿਹਨਾਂ ਨਹੀਂ ਵਖਿਆ ਮੇਰੇ ਚੈਨਲ ਤੇ ਵਿਜ਼ਿਟ ਕਰੋ ਤੁਹਾਨੂੰ ਮਿਲ ਜਾਣਗੀਆਂ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਬੜੇ ਅਹਿਮ ਟੌਪਿਕ ਤੇ ਗੱਲ ਕਰਨ ਵਾਲਿਆਂ ਕਿ ਪਰਸੋਂ ਰਾਤ ਮੈਂ ਇਸ਼ਾ ਦੀ ਨਮਾਜ਼ ਪੜ੍ਹ ਰਿਹਾ ਸੀ ਮਸਜਿਦ ਦੇ ਵਿੱਚ ਤੇ ਮਸਜਿਦ ਦੇ ਵਿੱਚ ਗਾਣੇ ਦੀ ਆਵਾਜ਼ ਆ ਰਹੀ ਸੀ ਹੁਣ ਵੇਖੋ ਕਿ ਤੁਸੀਂ ਤੇ ਸਾਡਾ ਮੁਆਸ਼ਰਾ ਕਿਸ ਤਰਫ ਜਾ ਰਿਹਾ ਹੈ ਹੁਣ ਨਮਾਜ਼ ਦੇ ਟਾਈਮ ਲੋਕ ਅਲਾਉਡ ਸਪੀਕਰ ਚਲਾ ਕੇ ਯਾਨੀ ਕਿ ਸਾਊਂਡ ਵਗੈਰਾ ਚਲਾ ਕੇ ਇੰਨੀ ਆਵਾਜ਼ ਛੱਡ ਦਿੰਦੇ ਨੇ ਕਿ ਮਸਜਿਦਾਂ ਦੇ ਅੰਦਰ ਆਵਾਜ਼ ਜਾ ਰਹੀ ਹੈ ਉਧਰ ਜਮਾਤ ਨਾਲ ਨਮਾਜ਼ ਪੜ੍ਹੀ ਜਾ ਰਹੀ ਸੀ ਉਧਰੋਂ ਗਾਣਿਆਂ ਦੀ ਆਵਾਜ਼ ਆ ਰਹੀ ਹੈ ਤੇ ਵੇਖੋ ਅਸੀਂ ਮੁਸਲਮਾਨ ਕਿਹੜੀ ਚੀਜ਼ ਦੇ ਹਾਲਾਕੇ ਸਾਨੂੰ ਪਤਾ ਵੀ ਹੈ ਕਿ ਇਹ ਅਜ਼ਾਨ ਦਾ ਟਾਈਮ ਹੈ ਇਹ ਨਮਾਜ਼ ਦਾ ਟਾਈਮ ਹੈ ਤੇ ਸਾਨੂੰ ਕਮ ਸਕਮ उस वक्त एहतियात करनी चाहिए है मस्जिद के बेच बंदा सजदेज पाया होना गाने की आवाज़ आ रही हो गल कि पत्थर जा रही है कि वह गुनाहगार कौन है तो वह गुनाह कि सिर है तो फिर अल्लाह साढ़े नलूक करे मैं कहना जेड साढ़े अमाल ने फिर भी मालक का कर्म है कि अल्लाह साढ़े से आजाब नहीं कर रहा अल्लाह साढ़े फिर भी राजी है उस मालक का बड़ा एहसान है ਤੇ ਸਨਵੇਂ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਪਹਿਲੀ ਤੇ ਗੱਲ ਹੈ ਕਿ ਅਸੀਂ ਮੁਸਲਮਾਨ ਹੈ ਸਾਨੂੰ ਇਹ ਗਾਣੇ ਸੁਣਨੇ ਨਹੀਂ ਚਾਹੀਦੇ ਠੀਕ ਹੈ ਅਗਰ ਤੁਸੀਂ ਸ਼ੁਗਲ ਮੇਲਾ ਲਗਾਉਣਾ ਵੀ ਹੈ ਤੇ ਯਾਰ ਕਮ ਸਕਮ ਨਮਾਜ਼ ਦੇ ਟਾਈਮ ਤੇ ਔਰ ਅਜ਼ਾਨ ਦੇ ਟਾਈਮ ਤੇ ਇਹਨਾਂ ਚੀਜ਼ਾਂ ਦਾ ਖਿਆਲ ਕਰੋ ਮਸਜਿਦਾਂ ਦੇ ਜਿਹੜੇ ਨਜ਼ਦੀਕ ਘਰ ਨੇ ਉਹ ਤਾਂ ਬਿਲਕੁਲ ਹੀ ਖਿਆਲ ਕਰੋ ਨਾ ਕਿ ਤੁਹਾਡਾ ਜੋ ਫਲਕੀ ਜੀ ਤੁਸੀਂ ਆਵਾਜ਼ ਜਾਂਦੇ ਹੋ ਮਸਜਿਦ ਦੇ ਵਿੱਚ ਤੁਹਾਡੇ ਗਾਣਿਆਂ ਦੀ ਆਵਾਜ਼ ਜਾਂਦੀ ਹੈ ਤੇ لہذا ਇਹ ਸਭ ਸਾਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਯਾਰ ਅਸੀਂ ਮੁਸਲਮਾਨ ਹੈ ਇਹ ਗਾਣਾ ਸੁਣਨਾ ਤੇ ਵੈਸੀ ਗੁਨਾਹ ਹੈ ਹਰਾਮ ਹੈ ਹਜ਼ੂਰ پاک ਨੇ فرمایا ਕਿ قیامت wale din ਉਹਨਾਂ ਲੋਕਾਂ ਦੇ ਕੰਨਾਂ ਦੇ ਵਿੱਚ ਸ਼ੀਸ਼ਾ ਪਿਗਲਾ ਕੇ ਪਾਇਆ ਜਾਏਗਾ ਜਿਹੜੇ ਲੋਕ ਗਾਣਾ ਸੁਣਦੇ ਨੇ ਤੇ ਯਾਰ ਇਹਨਾਂ ਵੱਡਾ ਗੁਨਾਹ ਹੈ ਤੇ ਅਸੀਂ ਇਹ ਗੁਨਾਹ ਕਰਨਾ ਕਾਦੇ ਵਾਸਤੇ ਹੈ ਤੇ ਮੇਰੇ ਨਾਲ ਚਾਚਾ ਮੁਬਾਰਕ ਅਲੀ ਬੁੱਟਾ ਸਾਹਿਬ ਮੌਜੂਦ ਨੇ ਮਾਸ਼ਾਅੱਲਾ ਬੜੀ ਉਮਰ ਦਾ ਤਕਾਜ਼ਾ ਹੈ ਬੜੀ ਇਲਮ ਵਾਲੀ ਸ਼ਖਸੀਅਤ ਹੈ ਮਾਸ਼ਾਅੱੱਲਾ ਤੇ ਇਹਨਾਂ ਮੈਨੂੰ ਕਿਹਾ ਕਿ ਇਸ ਮੌਜੂਦ ਤੇ ਵੀਡੀਓ ਬਣਨੀ ਚਾਹੀਦੀ ਹੈ ਮੈਂ ਤੁਹਾਡਾ ਥੋੜੇ ਨਾਲ ਹਾਂ ਕਿ ਤੁਸੀਂ ਗੱਲ ਠੀਕ ਕਹਿ ਰਹੇ ਹੋ मैं क्या मेहनत जो चाहिए अगर ये मेरी वीडियो बनाने का मकसद यह है अगर एक बंदे ने भी इस अमल कर लिया तो मैं समझागा कि मेरी वीडियो बनाने का मकसद कामयाब हो गया इस तो इस चीज़ का ख्याल जरूर करो यार कल तो गल गाने वैसे ही तौबा तो कर लो टाइम पास वास गाँव सुनने ना और टाइम जो तो थोड़े तो फ्री हो बैठ के हजूर की सुनो हजूर पाग की तिलावत सुनो कुरान सुन लो कुरान मजीद की तलावत ला लो अपने मोबाइल हजूर द नात ला लो दरू शरीफ पढ़ लो तो टाइम पास हो ही ਬ علاوہ ਉਸ ਤੋਂ ਕਿ ਤੁਸੀਂ ਗਾਣਾ ਸੁਣ ਕੇ ਟਾਈਮ ਪਾਸ ਕਰੋ ਗੁਨਾਗਾਰ ਹੋ ਉਹ ਗੁਨਾਹਾਂ 'ਚ ਜੜਾਓ ਤੇ ਉਹਦੇ ਵਿੱਚ ਕੋਈ ਫਾਇਦਾ ਨਹੀਂ ਫਾਇਦਾ ਐਸੀ ਚੀਜ਼ ਹੈ ਜੇਕ ਹਜ਼ੂਰ ਦੀ ਨਾਮ ਸੁਣੀ ਜਾਵੇ ਕੁਰਾਨ ਪੜ੍ਹਾ ਜਾਵੇ ਦਰੂਸ਼ਰੀ ਪੜ੍ਹਾ ਜਾਵੇ ਤੇ ਅੱਜ ਦੀ ਵੀਡੀਓ ਦਾ ਐਂਡ ਇਥੇ ਹੀ ਕਰਨੇ ਆਂ ਅਗਰ ਜ਼ਰਾ ਜਿੰਨੀ ਵੀ ਮੇਰੀ ਵੀਡੀਓ ਪਸੰਦ ਆਈਏ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਸਲਾਮੁਅਲੈਕਮ